ਯਾਰ ਤੁਹਾਡੇ ਇੰਗਲੈਂਡ 'ਚ ਠੰਡ ਬਹੁਤ ਆ। ਹਜੇ ਤਾਂ ਪਈ ਨਹੀਂ ਠੰਡ। ਮੈਂ ਸਰਪ੍ਰਾਈਜ਼ਡ ਸੀਗੀ ਕਿਤੇ ਨਾ ਕਿਤੇ ਗੈਰੀ ਸੰਧੂ ਸਰ ਤੋਂ। ਰਿਚਾ ਪੜਿਆ ਲਿਖਿਆ ਵੈਲ ਸੈਟਲਡ ਅਗਲਾ ਕਮੀ ਕੀ ਦੱਸਾਂ ਮਨਾ ਕਰੇ। ਛੋਟੀ ਗੱਲਾਂ ਤੇ ਮਤਲਬ ਬੇਸਿਕ ਗੱਲਾਂ ਤੇ ਲੜਾਈ ਝਗੜੇ ਹੁੰਦੇ ਆ ਹਨਾ, ਤੇ ਉਹ ਚੀਜ਼ ਨੂੰ ਮੈਂ ਜ਼ਰੂਰ ਮਤਲਬ ਦੇਖ ਕੇ ਰਿਲੇਟ ਕੀਤਾ। ਖੁਸ਼ੀ ਹੋ ਰਹੀ ਆ ਨਾ ਕਿ ਚਲੋ ਫਾਈਨਲੀ ਉਹ ਟਾਈਮ ਆ ਗਿਆ ਕਿ ਉਹ ਦੁਬਾਰਾ ਟਾਈਮ ਵਾਪਿਸ ਆ ਰਿਹਾ। ਦਿਖਾਇਆ ਬਿਲਕੁਲ ਸੱਚ ਦਿਖਾਇਆ, ਜਿੱਥੇ ਪੋਜ਼ਿਟਿਵ ਵੇ ਨਾਲ ਲੋਕਾਂ ਨਾਲ ਬਿਹੇਵ ਹੋ ਰਿਹਾ ਆ, ਚੰਗਾ ਹੋ ਰਿਹਾ ਉਹ ਚੰਗਾ ਵੀ ਦਿਖਾਇਆ, ਜੋ ਗਲਤ ਹੋ ਰਿਹਾ ਉਹ ਵੀ ਦਿਖਾਇਆ। ਓ ਜਿੰਦਰ ਆ ਵੇਖੀ ਬੱਚਾ ਹੱਥ 'ਚ ਬੰਬਣਾ ਚਲਾ ਲੇ, ਇੱਥੇ ਰੌਲਾ ਬੜਾ ਪਈ ਜਾਂਦਾ, ਮੈਂ ਬਾਅਦ 'ਚੋਂ ਫੋਨ ਕਰਾਂ। ਇਸ ਟਾਈਮ ਮੇਰੇ ਨਾਲ ਨੇ ਸਾਵਨ ਗੱਲਬਾਤ ਕਰ ਲੈਣੀ, ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਬਹੁਤ ਵਧੀਆ, ਤੁਸੀਂ ਦੱਸੋ? ਬਹੁਤ ਵਧੀਆ। ਸੋ ਹੁਣੇ ਤੁਸੀਂ ਚੱਲ ਮੇਰਾ ਪੁੱਤ 2 ਫਿਲਮ ਦੇਖੀਏ, ਕਿਵੇਂ ਦੀ ਲੱਗੀ? ਬਹੁਤ ਵਧੀਆ, ਬਹੁਤ ਅੱਛੀ ਫਿਲਮ ਆ। ਤੁਸੀਂ ਜਾਓ ਆਪਣੀ ਫੈਮਿਲੀਜ਼ ਨਾਲ ਦੇਖ ਕੇ ਆਓ ਫਿਲਮ। ਸਭ ਤੋਂ ਜ਼ਿਆਦਾ ਤੁਹਾਨੂੰ ਇੰਟਰਸਟਿੰਗ ਚੀਜ਼ ਕਿਹੜੀ ਲੱਗੀ ਜਾਂ ਕਿਸ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਐਂਟਰਟੇਨ ਕੀਤਾ? ਐਂਟਰਟੇਨ ਤਾਂ ਸਾਰੇ ਕਲਾਕਾਰ ਨੇ ਬਹੁਤ ਐਂਟਰਟੇਨ ਕੀਤਾ। ਅਮਰਿੰਦਰ ਸਰ ਜਿਹੜੇ ਆਪਣੇ ਲਹਿੰਦੇ ਪੰਜਾਬ ਤੋਂ ਨੇ, ਸਭ ਨੇ ਮਤਲਬ ਬਹੁਤ ਐਂਟਰਟੇਨ ਕੀਤਾ। ਬਟ ਮੈਂ ਸਰਪ੍ਰਾਈਜ਼ਡ ਸੀਗੀ ਕਿਤੇ ਨਾ ਕਿਤੇ ਗੈਰੀ ਸੰਧੂ ਸਰ ਤੋਂ। ਉਹਨਾਂ ਨੇ ਬਹੁਤ ਸੋਹਣਾ ਫਿਲਮ 'ਚ ਕੰਮ ਕੀਤਾ, ਮਤਲਬ ਪਰ ਜਿੰਨਾ ਸੀਗਾ ਉਹਨਾਂ ਦਾ, ਬਟ ਉਹਨਾਂ ਨੇ ਕਾਫੀ ਅੱਛਾ ਕੰਮ ਕੀਤਾ। ਬਾਕੀ ਟੀਮ ਨੂੰ ਤਾਂ ਪਤਾ ਹੀ ਆ, ਉਹ ਤਾਂ ਬੈਸਟ ਨੇ ਬਾਕੀ ਤਾਂ ਸਾਰੇ, ਪਰ ਉਹਨਾਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਗੈਰੀ ਸਰ ਨੇ। ਸੋ ਇਸ ਫਿਲਮ ਨੂੰ ਦੇਖ ਕੇ ਕੋਈ ਮੈਮਰੀ ਕੁਛ ਯਾਦ ਹੈ ਕੋਈ, ਮਤਲਬ ਕਿ ਕਾਫੀ ਕੋਈ ਕਾਮੇਡੀ ਵਾਲੀ ਚੀਜ਼ ਤੋਂ ਲੱਗੋ ਕਿ ਹਾਂ ਤੁਹਾਡੀ ਜ਼ਿੰਦਗੀ ਵਿੱਚ ਕੁਛ ਇੱਦਾਂ ਦਾ ਹੋਈ ਸੀ ਕਦੀ ਕੋਈ ਚੀਜ਼? ਹਾਂ ਜਿੱਦਾਂ ਮਤਲਬ ਇੱਦਾਂ ਵੈਸੇ, ਪਰ ਇੱਦਾਂ ਨਹੀਂ ਹੋਇਆ, ਬਟ ਮੈਂ ਤਾਂ ਹੋਸਟਲ ਰਹੀ ਹਾਂ। ਬਟ ਜਿੱਦਾਂ ਹੋਸਟਲ ਦੇ ਵਿੱਚ ਆਪਾਂ ਸਾਰੇ ਇਕੱਠੇ ਰਹਿੰਦੇ ਹਾਂ ਹੈ ਨਾ, ਮਤਲਬ ਛੋਟੀ ਛੋਟੀ ਗੱਲਾਂ 'ਤੇ ਫਰੈਂਡ ਸਰਕਲ ਜਾਂ ਛੋਟੀ ਛੋਟੀ ਗੱਲਾਂ 'ਤੇ ਮਤਲਬ ਬੇਸਿਕ ਗੱਲਾਂ 'ਤੇ ਲੜਾਈ ਝਗੜੇ ਹੁੰਦੇ ਆ ਹੈ ਨਾ, ਅਤੇ ਉਹ ਚੀਜ਼ ਨੂੰ ਮੈਂ ਜ਼ਰੂਰ ਮਤਲਬ ਦੇਖ ਕੇ ਰਿਲੇਟ ਕੀਤਾ। ਅਤੇ ਬਾਕੀ ਇਟ ਵਾਜ਼ ਫਨ, ਬਹੁਤ ਮਜ਼ਾ ਆਇਆ। ਜਾਂ ਫਸਟ ਜਦੋਂ ਆਈ ਚੱਲ ਮੇਰਾ ਪੁੱਤਾ, ਬਹੁਤ ਲੋਕਾਂ ਨੇ ਪਸੰਦ ਕੀਤੀ, ਸੈਕਿੰਡ ਨੂੰ ਵੀ ਬਹੁਤ ਪਸੰਦ ਕੀਤਾ ਜਾ ਰਿਹਾ, ਥਰਡ ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ, ਕੀ ਕਹੋਗੇ ਨੂੰ ਲੈ? ਮੈਂ ਇਹੀ ਕਹਿਣਾ ਚਾਹੂੰਗੀ ਥੈਂਕ ਗੋਡ ਜਲਦੀ ਹੋ ਰਹੀ ਹੈ ਰਿਲੀਜ਼ ਹੋ। ਮੈਂ ਤਾਂ ਮੇਰੀ ਤਾਂ ਐਕਸਾਈਟਮੈਂਟ, ਮੈਂ ਇੰਨੀ ਜ਼ਿਆਦਾ ਐਕਸਾਈਟਿਡ ਹਾਂ ਚੱਲ ਮੇਰਾ ਪੁੱਤ 3 ਦੇਖਣ ਨੂੰ। ਸੋ ਆਈ ਹੋਪ ਨੈਕਸਟ ਟਾਈਮ ਚੱਲ ਮੇਰਾ ਪੁੱਤ 'ਤੇ ਮਿਲਾਂਗੇ ਉਹਦੇ ਪ੍ਰੀਮੀਅਰ 'ਤੇ। ਲੋਕਡਾਊਨ ਤੋਂ ਬਾਅਦ ਫਸਟ ਕਿਹੜੀ ਫਿਲਮ ਦੇਖੀ ਥੀਏਟਰ ਵਿੱਚ? ਮੈਂ ਤੁਸੀਂ ਮੰਨੋਗੇ ਲੋਕਡਾਊਨ ਜਦੋਂ ਸੀਗਾ, ਮੈਂ ਉਸ ਉਦੋਂ ਵੀ ਲਾਸਟ ਜਿਹੜੀ ਪ੍ਰੀਮੀਅਰ ਦੇਖਿਆ ਉਹ ਚੱਲ ਮੇਰਾ ਪੁੱਤ ਦਾ ਹੀ ਸੀ, ਔਰ ਅੱਜ ਮੈਂ ਸਟਾਰਟ ਮਤਲਬ ਸਿਨੇਮਾ 'ਚ ਦੇਖਿਆ ਉਹ ਵੀ ਚੱਲ ਮੇਰਾ ਪੁੱਤ ਹੈ। ਆ ਲੋਕਡਾਊਨ ਤੋਂ ਬਾਅਦ ਥੀਏਟਰ ਓਪਨ ਹੋ ਗਏ ਨੇ, ਕਿੰਨੀ ਕੁ ਖੁਸ਼ੀ ਇਸ ਚੀਜ਼ ਦੀ ਕਿ ਫਿਲਮਾਂ ਰਿਲੀਜ਼? ਐਕਚੁਅਲੀ ਬਹੁਤ ਖੁਸ਼ੀ ਆ, ਇੰਨੀ ਖੁਸ਼ੀ ਹੋ ਰਹੀ ਹੈ ਨਾ ਕਿ ਚਲੋ ਫਾਈਨਲੀ ਉਹ ਟਾਈਮ ਆ ਗਿਆ ਕਿ ਉਹ ਦੁਬਾਰਾ ਟਾਈਮ ਵਾਪਿਸ ਆ ਰਿਹਾ। ਜਦੋਂ ਤੁਸੀਂ ਸਿਨੇਮਾ ਘਰ 'ਚ ਜਦੋਂ ਤੁਸੀਂ ਆਉਂਦੇ ਹੋ ਇੱਥੇ ਬੈਠਦੇ ਹੋ, ਹੁਣ ਅੱਜ ਲੋਕ ਦੇਖੇ ਆ ਜਿਹੜੇ ਕਿਸੇ ਸੀਨ 'ਤੇ ਹੂਟਿੰਗ ਕਰਦੇ ਆ, ਅੱਛਾ ਲੱਗਦਾ, ਕਲੈਪ ਕਰਦੇ ਆ ਹੈ ਨਾ। ਸੋ ਇੱਕ ਆਰਟਿਸਟ ਨੂੰ ਉਹਦੇ ਨਾਲ ਬਹੁਤ ਕੌਨਫੀਡੈਂਸ ਮਿਲਦਾ। ਚੀਜ਼ ਜ਼ਰੂਰ ਪੁੱਛਣਾ ਚਾਹਾਂਗੇ, ਇੱਥੇ ਜੋ ਲੋਕ ਫੋਰਨ 'ਚ ਰਹਿੰਦੇ ਆ ਸੋਚਦੇ ਉਹਨਾਂ ਜ਼ਿੰਦਗੀ ਬਹੁਤ ਸੋਹਣੀ ਆ, ਬਹੁਤ ਪੈਸਾ, ਬਟ ਜਿਸ ਤਰੀਕੇ ਨਾਲ ਇਸ ਫਿਲਮ ਦੇ ਵਿੱਚ ਛੋਟੀ ਛੋਟੀ ਚੀਜ਼ਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਐਕਚੁਅਲ 'ਚ ਲਾਈਫ ਕੀ ਆ ਫੋਰਨ ਦੇ ਵਿੱਚ, ਕਿੰਨੀ ਬਿਜ਼ੀ ਲਾਈਫ ਆ, ਕਿਵੇਂ ਛੋਟੇ ਛੋਟੇ ਥੋੜ੍ਹੇ ਪੈਸੇ ਜੋੜ ਕੇ ਜਿਹੜੇ ਆ ਉੱਥੇ ਪੂਰੇ ਕੀਤੇ ਜਾਂਦੇ ਆਪਣੇ ਖਰਚੇ। ਜੀ ਬਿਲਕੁਲ, ਜੋ ਵੀ ਦਿਖਾਇਆ ਬਿਲਕੁਲ ਸੱਚ ਦਿਖਾਇਆ, ਜਿੱਥੇ ਪੋਜ਼ਿਟਿਵ ਵੇ ਨਾਲ ਲੋਕਾਂ ਨਾਲ ਬਿਹੇਵ ਹੋ ਰਿਹਾ ਆ, ਚੰਗਾ ਹੋ ਰਿਹਾ ਉਹ ਚੰਗਾ ਵੀ ਦਿਖਾਇਆ, ਜੋ ਗਲਤ ਹੋ ਰਿਹਾ ਉਹ ਵੀ ਦਿਖਾਇਆ। ਇਸ ਲਈ ਰਿਲੇਟ ਬਹੁਤ ਜ਼ਿਆਦਾ ਮੈਨੂੰ ਲੱਗਦਾ ਜਿਹੜੇ ਬਾਹਰ ਰਹਿ ਰਹੇ ਆਪਣੇ ਮੁੰਡੇ ਕੁੜੀਆਂ ਯੰਗਸਟਰਸ ਨੇ ਹੈ ਨਾ, ਉਹ ਆਪਣੇ ਨਾਲ ਰਿਲੇਟ ਬਹੁਤ ਕਰਨਗੇ ਇਸ ਚੀਜ਼ ਨੂੰ, ਇਸ ਫਿਲਮ ਨੂੰ। ਯਾ ਸੋ ਕੀ ਮੈਸੇਜ ਕੀ ਦੇਣਾ ਚਾਹੋਗੇ ਜਾਂਦੇ? ਮੈਂ ਇਹੀ ਕਹੂੰਗੀ ਜਿਹੜੇ ਘਰੇ ਬੈਠੇ ਪਲੀਜ਼ ਆਓ ਹੁਣ ਫਿਲਮਾਂ ਦੇਖੋ, ਅਤੇ ਉਹੀ ਟਾਈਮ ਦੁਬਾਰਾ ਵਾਪਿਸ ਲੈ ਕੇ ਆਓ ਤਾਂ ਕਿ ਸਾਨੂੰ ਵੀ ਕੌਨਫੀਡੈਂਸ ਮਿਲੇ ਕਿ ਅਸੀਂ ਹੋਰ ਫਿਲਮਾਂ ਬਣਾ ਸਕੀਏ। ਥੈਂਕ ਯੂ ਸੋ ਮਚ।